ਵੱਡਿਆਂ ਦੇ ਪੈਰੀ ਪੈਨੇ ਛੋਟਿਆਂ ਨੂੰ ਪਿਆਰ ਜੀ ਕਰਤਾਰ ਵੀਰ ਚੈਨਲ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿਕਾਰ ਅਤੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਜੀਵਨ ਨਗਰ ਪਸ਼ੂ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਂਦੇ ਇੱਥੇ ਕਿਸ ਪ੍ਰਕਾਰ ਦੇ ਪਸ਼ੂ ਆਏ ਹੋਏ ਨੇ ਜ਼ਿਆਦਾਤਰ ਤੇ ਇੱਥੇ ਕਿ ਗਾਵਾਂ ਹੀ ਆਈਆਂ ਹੋਈਆਂ ਨੇ ਤੇ ਤੁਹਾਨੂੰ ਦਿਖਾਉਂਦੇ ਕਿਸ ਨਸਲ ਦੀਆਂ ਗਾਵਾਂ ਤੇ ਇਹਨਾਂ ਦੇ ਕੀ ਰੇਟ ਨੇ ਕੀ ਪ੍ਰਾਈਸ ਨੇ ਤੁਹਾਨੂੰ ਦਿਖਾਉਂਦੇ ਤੇ ਨਾਲੇ ਲੋਕਾਂ ਦਾ ਕਰਾਉਂਦੇ ਇੰਟਰਵਿਊ ਚਲੋ ਜੀ ਹੁਣ ਦੇਖਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਨਾਮ ਜੀ ਗੁਰਵਿੰਦਰ ਸਿੰਘ ਆਪਣਾ ਗਾਂਵ ਪ੍ਰੇਮ ਨਗਰ हाँ जी आ गांव अपनी है जी। हाँ जी ये केड़ी नस्ल दी है जी? ये अमेरिकन है प्योर एच एफ जी। ते दूध कितना जी? दूध तो हजे गब्बन है जी, 15 दिन कच्ची है जी, 20 किलो प्लस दी गाय है जी। ठीक है जी। ते एदा रेट? रेट 55,000 रुपये कर दें। बिल्कुल उक्का मुक्का कर दें? हाँ ए 55,000 रुपये रेट कर दें, 50,000 की छड़ देंगे। ठीक है जी। हाँ जी। ते अपना मोबाइल नंबर? 98293। हाँ जी हाँ जी। 28,453। ठीक है जी, थैंक यू जी, थैंक यू। लो जी थोनू दिखाने जी गां, बिल्कुल बिल्कुल सील गां है जी। तोड़ के भी दिखाने थोनू किस किस प्रकार दी है जी। थोड़ा एकदम ठंडी गां है वीर जी, कोई चक्कर नहीं गा। चौन दे टाइम चाहे कोई लेडीज चले चाहे कोई बंदा चले, इस प्रकार की कोई कमी? ठीक है, थैंक यू जी, बहुत बहुत तुहाडा धन्यवाद। बंद कर दे। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣਾ ਨਾਮ ਜੀ? ਵਿਜੇ ਕੁਮਾਰ ਜੀ। ਆਪਣਾ ਪਿੰਡ ਜੀ? ਬੁੱਢਾ ਪਾਣਾ ਜੀ। ਹਾਂਜੀ ਆਹ ਗਾਂ ਕਿਹੜੀ ਨਸਲ ਦੀ ਹੈ ਜੀ? ਇਹ ਮਿਕਸ ਹੈ ਜੀ, ਦੋਗਲੀ ਹੈ ਜੀ। ਦੋਗਲੀ ਜੀ, ਬਿਲਕੁਲ ਸੀਲ ਹੈ ਜੀ? ਮੱਝਾਂ ਵਰਗੀ ਹੈ ਜੀ। ਚਾਹੇ ਬੰਦਾ ਚੋਏ ਚਾਹੇ ਲੇਡੀਜ਼ ਚੋਏ? ਕੋਈ ਚੋਵੇ ਜੀ। ਠੀਕ ਹੈ ਜੀ। ਅਤੇ ਦੁੱਧ ਕਿੰਨਾ ਜੀ? ਦੁੱਧ ਦੇ 30 ਲੀਟਰ ਜੀ। ਦੋਨਾਂ ਟਾਈਮਾਂ ਦਾ ਜੀ? ਹਾਂਜੀ 15 ਕਿਲੋ ਟਾਈਮ। ਠੀਕ ਹੈ ਜੀ। ਅਤੇ ਆਪਣਾ ਮੋਬਾਈਲ ਨੰਬਰ? 80597 ਜੀ, 80597-0967 ਜੀ। ਠੀਕ ਹੈ ਜੀ। ਇੱਧਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਥੈਂਕ ਯੂ ਜੀ। ਠੀਕ ਹੈ ਜੀ, ਦੱਸਣ ਲਈ ਕੁਛ ਕਹਿਣਾ ਚਾਹੋਗੇ ਹੋਰ? ਬਸ ਕੁਛ ਨਹੀਂ ਕਹਿਣਾ ਜੀ, ਖਾਲੀ ਕਰਤੀ ਘਰੇ ਲੈ ਆਉਂਦੇ ਹੁਣ। ਓਕੇ ਜੀ, ਓਕੇ, ਤੁਹਾਡੀ ਮਰਜ਼ੀ ਹੈ ਕੋਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਵੀਰ ਜੀ, ਹਾਂ ਇਹ ਦੁਕਾਨ ਮਤਲਬ ਹਰ ਬੁੱਧਵਾਰ ਤੇ ਐਤਵਾਰ ਲੱਗਦੀ? ਹਰ ਬੁੱਧਵਾਰ ਨੂੰ ਆਉਂਦੇ ਆ ਬਾਈ ਜੀ, ਡੱਬਲ ਤੋਂ ਆਈਦਾ। ਹਾਂਜੀ ਹਾਂਜੀ, ਸੰਡੇ ਨੂੰ ਅਸੀਂ ਡੱਬਲ ਹੀ ਹੁੰਦੇ ਆ। ਠੀਕ, ਆਪਣਾ ਨਾਮ ਜੀ? ਬਲਕਰਨ ਸਿੰਘ। ਠੀਕ ਹੈ ਜੀ। ਤੇ ਆਪਾਂ ਨੂੰ ਚੀਜ਼ਾਂ ਦੇ ਨਾਮ ਤੇ ਥੋੜਾ ਬਹੁਤਾ ਪ੍ਰਾਈਸ ਦੱਸੋਗੇ? ਇਹ ਬਾਈ ਜੀ ਰੱਸਾ ਹੁੰਦਾ, ਤਲਹਿਰਾ ਵੀ, ਤਲਹਿਰਾ ਕਹਿੰਦੇ ਇਹਨੂੰ। ਹਾਂਜੀ ਹਾਂਜੀ, ਇਹਦਾ 50 ਰੁਪਏ ਰੇਟ ਹੈ, 50 ਰੁਪਏ। ਠੀਕ ਹੈ ਜੀ। ਤੇ ਇਸ ਚੀਜ਼ ਦਾ ਜੀ ਇਹ ਪਟਾ ਹੁੰਦਾ ਜੀ, ਕੱਲਾ ਨੱਕ ਤੇ ਲਾਉਣ ਵਾਸਤੇ। ਠੀਕ ਹੈ ਜੀ। ਇਹਦਾ 40 ਰੇਟ ਹੈ ਜੀ। ਓਕੇ, 40 ਰੁਪਏ। ਠੀਕ ਹੈ ਜੀ। ਆਹ ਪਟਾ ਇਹ ਮੱਝਾਂ ਵਾਲਾ ਜੀ? ਹਾਂਜੀ ਹਾਂਜੀ। ਇਹ 150 ਰੁਪਏ ਦਾ ਜੀ। ਤੇ ਇਹ ਚਮੜੇ ਵਾਲਾ ਜੀ, ਇਹ ਵੀ ਮੱਝਾਂ ਦਾ ਜੀ, 120 ਰੁਪਏ ਦਾ ਜੀ। ਠੀਕ ਹੈ ਠੀਕ ਹੈ। ਤੇ ਜਿਵੇਂ ਇਹਨਾਂ 'ਚ ਚੀਜ਼ਾਂ ਪਈਆਂ ਇਹਨਾਂ ਦੇ ਕੋਈ ਆਹ ਹੱਥ ਹੁੰਦਾ? ਹਾਂਜੀ। ਠੀਕ ਹੈ, ਵਾਸ਼ ਕਰਨ ਵਾਸਤੇ, ਪਸ਼ੂਆਂ ਨਵਾਉਣ ਵਾਸਤੇ। ਹਾਂਜੀ ਹਾਂਜੀ। ਇਹ 50 ਦਾ ਜੀ। ਓਕੇ। ਇਹ ਬੁਰਸ਼ ਹੈ, ਇਹ ਵੀ ਇਹ ਚੀਜ਼ ਹੈ, ਮੰਨ ਲਓ ਇਹ ਵੀ ਨਵਾਉਣ ਵਾਸਤੇ ਆ। ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। ਇਹ ਵੀ 50 ਰੁਪਏ ਦਾ ਜੀ। ਜਾਂ ਪੈਰਾਂ 'ਚ ਬੰਨਣ ਵਾਸਤੇ ਪਸ਼ੂਆਂ ਦੇ ਝਾਂਜਰਾਂ ਹੁੰਦੀਆਂ ਜੀ। ਹਾਂਜੀ। ਇਹ ਪੈਰ 'ਚ ਬੰਨਣ ਵਾਸਤੇ ਹੁੰਦੀ ਹੈ। ਠੀਕ ਹੈ। 40 ਰੁਪਏ ਜੋੜੀ ਹੈ ਜੀ। ਠੀਕ। 1200 ਰੁਪਏ ਦਾ ਵੀਰ ਜੀ। ਹਾਂ ਬਾਈ, ਉੱਧਰ ਤੁਹਾਨੂੰ ਕਿਹਾ ਸੀ ਲੈ ਕੇ ਆਈ, ਤੂੰ ਉਹੀ ਰੇਟ ਦੱਸੀ ਜਾਂਦਾ ਫਿਰ ਕਿੱਥੋਂ ਲੈਣਾ। ਇਹ ਗੱਦੇ ਆ ਜੀ ਪਸ਼ੂਆਂ ਦੇ ਥੱਲੇ ਵਿਛਾਉਣ ਵਾਸਤੇ। ਥਣ ਥੁਣ ਖਰਾਬ ਨਹੀਂ ਹੁੰਦੇ ਪਸ਼ੂਆਂ ਦੇ, ਚੀਕੇ ਨਹੀਂ ਲੱਗਦੇ ਜੀ, ਸੇਫਟੀ ਰਹਿੰਦੀ ਹੈ ਪਸ਼ੂਆਂ ਦੀ, ਦੁੱਧ 'ਚ ਵੀ ਵਧੋਤਰੀ ਹੁੰਦੀ। ਤੇ ਇਹ ਵਾਰ ਵਾਰ ਧੋਣ ਨਾਲ ਜਾਂ ਕਿਸੇ ਤਰ੍ਹਾਂ ਖਰਾਬ ਤਾਂ ਨਹੀਂ ਹੁੰਦੇ? ਨਹੀਂ ਨਹੀਂ, ਕੁਛ ਨਹੀਂ ਹੁੰਦਾ ਜੀ। ਇਹ ਇੱਕ ਤਰ੍ਹਾਂ ਕਿੰਨੀ ਰੀਯੂਜ਼ ਕਰ ਸਕਦੇ ਆ, ਕਿੰਨਾ ਚਿਰ ਚੱਲਣਗੇ ਜੀ? ਇਹਦੀ ਬੁਨਿਆਦ ਹੁੰਦੀ ਹੈ ਜੀ 2 ਸਾਲ ਲਗਭਗ। ਠੀਕ ਹੈ ਜੀ। ਇੱਕ ਚੰਗੀ ਕੁਆਲਿਟੀ ਆਉਂਦੀ ਹੈ, ਹਰਿਆਣਾ ਸ਼ਕਤੀ ਦਾ ਮੈਟ ਹੁੰਦਾ ਹੈ। ਹਾਂਜੀ ਹਾਂਜੀ। ਜਿਸ ਦੀ ਲਾਈਫ ਹੈਗੀ ਘੱਟ ਤੋਂ ਘੱਟ 5-7 ਸਾਲ ਜੀ। ਠੀਕ ਹੈ। ਉਹਦਾ ਪ੍ਰਾਈਜ਼ ਹੈ 2500 ਰੁਪਏ। ਠੀਕ। ਕੋਈ ਹਾਂਜੀ ਵੀਰ ਜੀ, ਤੁਸੀਂ ਕਿਹੜੇ ਪਿੰਡ ਤੋਂ ਆਏ ਜੀ? ਅਸੀਂ ਧਰਮਪੁਰੇ ਤੋਂ ਆਏ ਜੀ। ਆਪਣਾ ਇੱਥੇ ਪਸ਼ੂ ਖਰੀਦਣ ਆਇਆ ਕਿ ਵੇਚਣ ਆਇਆ ਜੀ? ਨਾ, ਮੈਟ ਲੈਣ ਆਇਆ ਜੀ। ਠੀਕ ਹੈ ਜੀ। ਓਕੇ ਜੀ। ਆਪਣਾ ਮੋਬਾਈਲ ਨੰਬਰ 80544-63-157 ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਓਕੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਪਸ਼ੂ ਮੰਡੀ ਦੇ ਵਿੱਚ ਖਾਣ ਪੀਣ ਦੀਆਂ ਵੀ ਦੁਕਾਨਾਂ ਲੱਗੀਆਂ, ਜਿਵੇਂ ਦੇਖ ਸਕਦੇ ਹੋ ਗੋਲ ਗੱਪਿਆਂ ਦੀ ਦੁਕਾਨ ਹੈ ਕਿ
और कुल्फियाँ, ठंडा तत्ता सब कुछ मिलता है इत्थे। रोटियां दे स्टाल भी लगी हुई है, हरेक प्रकार दी दुकाना। हुण तुहानू दुकान दी इंटरव्यू दिखा के हटे हाँ, तो तुसीं देख सकदे कि इत्थे हरेक प्रकार के पशु आए हुए ने। इस साइड तां गावां दी मंडी है, उस साइड तुहानू देखण नू थोड़ी मझां दी मिलेगी। तो थोनों असी होर भी लोगों नाल इंटरव्यू करावांगे, होर भी दिखावांगे किस प्रकार दीआं गावां आईआं होईआं ने। हाँ जी वीर जी, सत श्री अकाल जी। हाँ जी, तुसीं इत्थे खरीदारी करना है कि वेचना है जी पशु? घट सुनदे, उच्ची सुनदे ने। कोई गल नहीं, कोई गल नहीं, बड़े उच्ची बोलो। तुसीं इत्थे पशु वेचना है कि खरीदना है जी? पशु वेचना है कि खरीदना है जी? इत्थे वेचना है, मैं पुछदा, वेचना है, वेचना है। ठीक है जी, थोड़ी इंटरव्यू दोगे पशु बारे? हाँ यही देनी। आओ वीर जी, तुसीं आओ, कोई गल। आजो कट्ठे ही आजो, की पता कदों अटैक हो जाना किसी नूं। आजो ओही दा बना लो। क्लास क्लास। हाँ जी, हाँ जी वीर जी, इस गां दी नस्ल की है जी? नस्ल इहदी जी थारपार मिक्स। ठीक है जी, ते इहदा दुध किन्ना जी? दुध तां इहदा जी 20 किलो दे दूगी। ते मारदी मूरदी तां नहीं? बिल्कुल नहीं, नहीं जी, सील ठंडी आ। ते चोण विच चाहे लेडीज़ चोले चाहे कोई बंदा चोले? हाँ, लेडीज तो वध चोण दी है। ठीक है जी। ते अपना पिंड जी? पिंड कोट भाई। ते अपना नाम जी? बिंदर सिंह। अपना मोबाइल नंबर दस दे। 98786। हाँ जी, 82684। ओके, थैंक। आप अच्छा नहीं है।